ਪੀਸੀਐਲ ਦੇ ਮੀਟਰ ਰੀਡਰਾਂ ਵੱਲੋਂ ਪੱਕਾ ਹੋਣ ਲਈ ਮੰਗ ਪੱਤਰ ਸੌਂਪਿਆ ਗਿਆ। ਉਹਨਾਂ ਆਪਣਾ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OST ਸੰਧੂ ਨੂੰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਇਹ ਗੱਲ ਲਿਆਵਾਂਗੇ ਅਤੇ ਜੋ ਵੀ ਗੱਲਬਾਤ ਹੋਵੇਗੀ ਆਪ ਨੂੰ ਉਸ ਬਾਰੇ ਦੱਸ ਦਿੱਤਾ ਜਾਵੇਗਾ। ਮੀਟਰ ਰੀਡਰਾਂ ਦਾ ਕਹਿਣਾ ਹੈ ਕਿ ਸਾਨੂੰ ਠੇਕੇ 'ਤੇ ਰੱਖਿਆ ਗਿਆ ਹੈ ਅਤੇ ਸਾਨੂੰ ਮਹੀਨੇ ਦੇ 4,000 ਰੁਪਈਆ ਤਨਖਾਹ ਮਿਲਦੀ ਹੈ। ਇਸ ਨਾਲ ਘਰ ਦਾ ਗੁਜ਼ਾਰਾ ਵੀ ਨਹੀਂ ਹੁੰਦਾ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਨੂੰ ਪੱਕਾ ਕੀਤਾ ਜਾਵੇ। ਮੇਰਾ ਨਾਮ ਮਨੋਜ ਕੁਮਾਰ ਹੈ ਜੀ। ਹਾਂਜੀ ਸਰ। ਔਰ ਮੈਂ ਪਠਾਨਕੋਟ ਦਾ ਰਹਿਣ ਵਾਲਾ। ਮੇਰੀ ਇੱਕੋ ਮੰਗ ਹੈ ਕਿ ਸਰਕਾਰ ਮੀਟਰ ਰੀਡਰਾਂ ਦਾ ਇੰਨਾ ਸੋਸ਼ਣ ਨਾ ਹੋਣ ਦੇਵੇ ਔਰ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਵੇ ਤਾਂ ਜੋ ਆਪਣਾ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ ਔਰ ਸਾਰੇ ਮੀਟਰਾਂ ਨੂੰ DC ਰੇਟ ਦਿੱਤਾ ਜਾਵੇ। ਤੁਹਾਡੀ ਤਨਖਾਹ ਕਿੰਨੀ ਲਾਈ ਹੈ? ਤਨਖਾਹ ਜੀ ਇਸ ਟਾਈਮ ਕੁਝ ਰੇਟ ਸਹੀ ਨਹੀਂ ਹੈ, ਜਿਸ ਕਾਰਨ ਕਈਆਂ ਦੀ ਮੀਟਰ ਰੀਡਰਾਂ ਦੀ 2,500-3,000 ਬਣਦੀ ਹੈ ਔਰ ਕਈ ਮੀਟਰ ਰੀਡਰਾਂ ਦੀ 4,000-5,000 ਬਣਦੀ ਹੈ। ਕਿੰਨੇ ਚਿਰ ਤੋਂ ਤੁਸੀਂ ਕੰਮ ਕਰ ਰਹੇ ਹੋ? ਤਕਰੀਬਨ ਸਾਨੂੰ ਜੀ 8-9 ਸਾਲ ਹੋ ਗਏ ਕੰਮ ਕਰਦੇ ਜੀ। ਕੀ ਲੱਗਦਾ ਇੰਨੇ ਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਕਿੰਨਾ ਕੁ ਔਖਾ? ਬੜਾ ਔਖਾ ਹੋ ਗਿਆ ਜੀ ਹੁਣ ਤਾਂ। ਇਸ ਲਈ ਅਸੀਂ ਮੰਗ ਪੱਤਰ ਦੇਣ ਲਈ ਆਏ ਹਾਂ ਅੱਜ ਜੀ, ਤਾਂ ਕੁਝ ਨਾ ਕੁਝ ਸਾਡੀ ਜਿਹੜੀ ਹੈ ਸੁਣੀ ਜਾਵੇ ਜੀ, ਪੁਕਾਰ ਜੋ ਵੀ ਹੈ ਜੀ। ਸਰ ਮੇਰਾ ਨਾਂ ਜ਼ੋਰਾਵਰ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਕੀ ਕਹਿਣਾ ਚਾਹੁੰਦੇ ਤੁਸੀਂ ਮੰਗ ਪੱਤਰ? ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਕੰਪਨੀਆਂ ਮਹਿਕਮੇ ਕੋਲੋਂ ਇੰਨੇ ਪੈਸੇ ਜਿਹੜੇ ਲੈ ਰਹੀਆਂ ਵਾ, ਸਾਡਾ ਜਿਹੜਾ ਸ਼ੋਸ਼ਣ ਹੋ ਰਿਹਾ ਵਾ, ਸਾਨੂੰ ਇੰਨੀਆਂ ਤਨਖਾਹਾਂ ਦੇ ਨਹੀਂ ਰਹੀ। 4-5,000 ਤਨਖਾਹ ਦੇ ਵਿੱਚ ਅੱਜ ਦੇ ਸਮੇਂ 'ਚ ਜੇ ਆਪਾਂ ਗੱਲ ਕਰੀਏ ਕਿਸੇ ਦਾ ਕੋਈ ਗੁਜ਼ਾਰਾ ਨਹੀਂ ਹੁੰਦਾ। ਘਰ ਪਰਿਵਾਰ ਦੇ ਵਿੱਚ ਜਿਹੜੀ ਆ ਘੱਟ ਤੋਂ ਘੱਟ ਜਿਹੜੀ ਆ ਸਾਨੂੰ DC ਰੇਟ 'ਤੇ ਤਨਖਾਹ ਤਾਂ ਮਿਲਣੀ ਚਾਹੀਦੀ ਆ। ਸਾਡੇ ਨਾਲ ਚੰਗੇ ਤਾਂ ਮਜ਼ਦੂਰ ਆ ਜਿਹੜੇ 15,000 ਰੁਪਈਆ ਉਹ ਤਨਖਾਹ ਲੈ ਜਾਂਦੇ ਆ ਜੇ ਦਿਹਾੜੀ ਕਰਦੇ 500 ਰੁਪਈਆ 'ਤੇ। ਕਿਹੜਾ ਮਹਿਕਮਾ ਹੈ ਸਾਡਾ ਜੀ? ਬਿਜਲੀ ਬੋਰਡ ਦਾ ਮਹਿਕਮਾ ਵੈਸੇ ਤਾਂ ਆਹੀ ਆਊਟਸੋਰਸ ਦੇ ਵਿੱਚ ਕੰਮ ਕਰਦੇ ਹਾਂ ਬਿਲਿੰਗ ਦੇ ਰਿਗਾਰਡਿੰਗ। ਅਤੇ ਅਸੀਂ ਸਰ SDM ਸਾਹਿਬ ਨੂੰ ਇੱਥੇ ਦੇਣਾ ਆ ਗੁਰਸੇਵਕ ਸਿੰਘ ਜੀ ਨੂੰ। ਕਿੰਨਾ ਚਿਰ ਹੋ ਗਿਆ ਕੰਮ ਕਰਦੇ? ਹਾਂਜੀ ਸਰ, ਮੈਨੂੰ 5 ਸਾਲ ਹੋ ਗਿਆ ਜੀ ਕੰਮ ਕਰਦੇ। ਉੱਚ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੀ? ਸਰ ਬਾਜਵਾ ਸਾਹਿਬ ਨਾਲ ਸੁਲੱਖਣ ਭਾਅ ਜੀ ਮੀਟਿੰਗ ਕਰਕੇ ਆਏ ਆ, ਉਹਨਾਂ ਨੇ ਵੈਸੇ ਤਾਂ ਵਿਸ਼ਵਾਸ ਦਵਾਇਆ ਵਾ ਸਰਕਾਰਾਂ ਦਾ ਜਿਸ ਤਰ੍ਹਾਂ ਵੀ ਤੁਹਾਨੂੰ ਪਤਾ ਵਾ, ਅਤੇ ਬਾਕੀ ਫਿਰ ਵੀ ਆਪਾਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਵਾ ਥੋੜ੍ਹਾ ਜਿਹਾ ਜ਼ੋਰ ਲਾ ਕੇ ਜਿਹੜਾ ਕੰਮ ਕੀਤਾ ਜਾਵੇ, ਕਿਉਂਕਿ ਆਰਥਿਕ ਵਿਵਸਥਾ ਜਿਹੜੀ ਆ ਮਹਿਕਮੇ ਦੀ ਜਿਹੜੀ ਉਹ ਮੀਟਰ ਰੀਡਰ ਹੁੰਦੇ ਆ, ਮੀਟਰ ਰੀਡਰ ਬਿੱਲ ਦੇ ਕੇ ਆਉਂਦੇ ਆ ਅਤੇ ਲੋਕਾਂ ਦੇ ਪੈਸੇ ਜਿਹੜੇ ਫਿਰ ਜਿਹੜੇ ਮਹਿਕਮੇ ਨੂੰ ਪਹੁੰਚਦੇ ਆ, ਅਤੇ ਸਾਰਾ ਕੰਮ ਜਿਹੜਾ ਮੀਟਰ ਰੀਡਰਾਂ ਦੇ ਸਿਰ 'ਤੇ ਆ। ਜੇ ਉਹਨਾਂ ਨੂੰ ਇੰਨੀ ਤਨਖਾਹ ਦਿੱਤੀ ਜਾਂਦੀ ਤਾਂ ਫਿਰ ਤਾਂ ਉਹਨਾਂ ਵਾਸਤੇ ਵੀ ਬਹੁਤ ਮਾੜੀ ਗੱਲ ਹੈ। ਹੁਣ ਤੁਹਾਡੀ ਕੀ ਮੰਗ ਹੈ ਜੀ? ਸਰ ਸਾਡੀ ਇਹ ਮੰਗ ਹੈ ਕਿ ਸਾਨੂੰ ਜਿਹੜਾ ਮਹਿਕਮੇ ਦੇ ਅੰਦਰ ਲਿਆ ਜਾਵੇ, ਕਿਉਂਕਿ ਮਹਿਕਮੇ ਦੇ ਵਿੱਚ 2,50,000 ਮੁਲਾਜ਼ਮ ਹੁੰਦਾ ਸੀ ਪਹਿਲਾਂ, ਅੱਜ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ ਤਾਂ 30,000 ਮੁਲਾਜ਼ਮ ਵੀ ਚੰਗੀ ਤਰ੍ਹਾਂ ਨਹੀਂ ਰਹਿ ਗਿਆ, ਉਹ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ ਰਿਟਾਇਰਮੈਂਟ 'ਤੇ ਖੜਾ ਵਾ। ਇਸ ਵੇਲੇ ਟੋਟਲ ਹੀ ਇਹ ਪ੍ਰਾਈਵੇਟ ਕਰਨ ਨੂੰ ਫਿਰਦੇ ਆ ਆਪਣਾ ਜਿਹੜਾ ਮਹਿਕਮਾ ਵਾ, ਪਰ ਇਹ ਆ ਕਿ ਪ੍ਰਾਈਵੇਟ ਕਰਨ ਦੇ ਬਿਹਾਫ 'ਤੇ ਵੀ ਸਾਡੀਆਂ ਤਨਖਾਹਾਂ ਜਿਹੜੀਆਂ ਜਾਂ ਕੋਈ ਵੀ ਸਾਨੂੰ ਬੈਨੀਫਿਟ ਨਹੀਂ ਮਿਲਦੇ ਪਏ। ਅੱਜ ਦੇ ਟਾਈਮ 'ਚ ਜੇ ਪ੍ਰਾਈਵੇਟ ਕੰਪਨੀ ਦੀ ਵੀ ਗੱਲ ਕਰੀਏ, ਕਿਸੇ ਕੰਪਨੀ 'ਚ ਕੰਮ ਕਰਦੇ ਹਾਂ ਤਾਂ ਆਪਾਂ 15-20,000 ਤਨਖਾਹ ਤੋਂ ਥੱਲੇ ਨਹੀਂ ਲੈਂਦੇ। ਜੇ 5,000 ਦੀ ਗੱਲ ਕਰੀਏ, ਮੈਂ ਤਾਂ ਆਪਾਂ ਉਹ ਗੱਲ ਕਹਿਣੀ ਚਾਹ ਰਹੇ ਕਿ ਮਤਲਬ 3,000, 5,000, 4,500 ਰੁਪਈਆ, 4,000 ਰੁਪਈਆ ਇਹ ਕੁਛ ਵੀ ਨਹੀਂ ਹੁੰਦਾ ਅੱਜ ਦੇ ਟਾਈਮ 'ਚ ਜੇ ਘਰ ਪਰਿਵਾਰ ਚਲਾਉਣ ਵਾਸਤੇ। ਅਤੇ ਜਿਹੜੀ ਸਾਡੀ ਬਣਦੀ ਤਨਖਾਹ ਵਾ DC ਰੇਟ 'ਤੇ ਸਾਨੂੰ ਤਨਖਾਹ ਦੇਣੀ ਚਾਹੀਦੀ ਮਿਲਣੀ ਚਾਹੀਦੀ ਆ, ਅਤੇ ਜਿਹੜਾ ਮਹਿਕਮੇ ਦੇ ਅੰਦਰ ਸਾਨੂੰ ਕੀਤਾ ਜਾਵੇ। ਸਰ ਆਪਣਾ ਨਾਮ ਅਤੇ ਡੈਗਨੇਸ਼ਨ? ਸਰ ਸੁਲੱਖਣ ਸਿੰਘ, ਮੇਰਾ ਨਾਂ ਜੀ ਬਟਾਲੇ ਤੋਂ, ਮੈਂ ਜੋਬ ਕਰਦਾ ਜੀ। ਅੱਜ ਤੁਸੀਂ ਮੰਗ ਪੱਤਰ ਦੇ ਰਹੇ ਕਿਸ ਬਾਰੇ? ਸਰ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਜੀ, ਸਾਡੀ ਜਿਹੜੀ ਤਨਖਾਹ ਆ ਉਹ DC ਰੇਟ ਕੀਤੀ ਜਾਵੇ। ਸਾਨੂੰ ਕੋਈ 8-9 ਸਾਲ ਲੱਗੇ ਨੇ ਹੋ ਗਏ ਆ, ਤਨਖਾਹ ਸਾਡੀ 2,500-3,000 ਬਣਦੀ ਆ, ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਜੀ। ਕੀ ਕੰਪਨੀ ਦਾ ਨਾਮ? ਸਰ ਫਰੂਟ ਐਂਡ ਗ੍ਰਿਟ ਕੰਪਨੀ 'ਚ ਅਸੀਂ ਸਰਵਿਸ ਕਰਦੇ ਹਾਂ। ਅਸੀਂ ਕੰਪਨੀ ਤੋਂ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਤਨਖਾਹ ਵਧਾਈ ਜਾਵੇ ਜੀ। ਕਿੰਨੇ ਟੋਟਲ ਹੈਗੇ ਤੁਹਾਡੇ? ਸਰ 300 ਮੁੰਡਾ ਲੱਗ ਪਏਗਾ ਸਾਡੇ ਜਿਹਦੇ ਵਿੱਚ। ਮੰਗ ਪੱਤਰ ਕਿਹਨੂੰ ਮਿਲਣਾ? ਸਰ ਗੁਰਸੇਵਕ ਸਿੰਘ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਜੀ ਆਪਾਂ ਜੀ। ਇਸ ਸੰਬੰਧ 'ਚ ਉੱਚ ਅਧਿਕਾਰੀ ਮਿਲੇ ਆਪਣੇ? ਜੀ ਸਰ, ਆਪਾਂ ਪਹਿਲਾਂ ਬਾਜਵਾ ਸਾਹਿਬ ਨੂੰ ਮਿਲੇ ਸੀਗੇ, ਉਹਨਾਂ ਨੂੰ ਕਿਹਾ ਵੀ ਤੁਹਾਡੀ ਜਿਹੜੀ ਮੰਗ ਅਸੀਂ ਰੱਖ ਲਈ ਆ ਅਤੇ ਅਸੀਂ ਗੱਲ ਕਰਕੇ ਤੁਹਾਨੂੰ ਦੱਸ ਦਿਆਂਗੇ। ਸਾਡੀ ਮੰਗ ਇਹ ਹੈਗਾ, ਮੈਂ ਸਬ ਡਿਵੀਜ਼ਨ ਅਲੀਵਾਲ ਤੋਂ ਆਇਆ ਹਾਂ, ਮੀਟਰ ਰੀਡਰ ਲੱਗਿਆ ਨੂੰ 4-5 ਸਾਲ ਹੋ ਗਏ ਨੇ,
ਅਤੇ ਸਾਡੀ ਮਹਿਕਮੇ ਦੇ ਅੱਗੇ ਉਹ ਮੰਗ ਆ ਵੀ ਸਾਨੂੰ ਮਹਿਕਮੇ ਦੇ ਅੰਦਰ ਲਿਆ ਜਾਏ ਭਾਵੇਂ ਡੀ ਸੀ ਰੇਟ 'ਤੇ ਲਿਆ ਜਾਏ ਤਾਂ ਜੋ ਸਾਡਾ ਉਹ ਰਿਸ਼ੋਸ਼ਨ ਨੂੰ ਬਚਾਇਆ ਜਾਏ ਕਿਉਂਕਿ ਮਹਿਕਮੇ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਮੀਟਰ ਦਾ ਬਹੁਤ ਹੀ ਮਾੜਾ ਹਾਲ ਹੋ ਚੁੱਕਾ ਹੈ। ਇਸ ਕਰਕੇ ਸਾਡੀ ਮਹਿਕਮੇ ਨੂੰ ਇਹੋ ਮੰਗ ਆ ਕਿ ਸਾਨੂੰ ਭਾਵੇਂ ਡੀ ਸੀ ਰੇਟ 'ਤੇ ਲਿਆ ਜਾਏ ਪਰ ਮਹਿਕਮੇ ਦੇ ਅੰਦਰ ਲਿਆ ਜਾਏ ਅਤੇ ਕੰਪਨੀਆਂ ਠੇਕੇ ਬੰਦ ਕੀਤੇ ਜਾਣ। ਅਤੇ ਕੋਈ ਪੰਜਾਬ ਸਟੇਟ ਬਿਜਲੀ ਬੋਰਡ ਦੇ ਅਧਿਕਾਰੀ ਨਾਲ ਗੱਲਬਾਤ ਹੋਈ? ਸਾਡੀ ਕੈਬਨਿਟ ਮੰਤਰੀ ਸਾਹਿਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਗੱਲ ਹੋਈ, ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ, ਉਹਨਾਂ ਨੇ ਸਾਨੂੰ ਵਿਸ਼ਵਾਸ ਵਧਾਇਆ ਸੀ ਐੱਮ ਡੀ ਨੇ ਤੁਹਾਡੀ ਗੱਲ ਕਰਕੇ ਅਤੇ ਡਾਟਾ ਜੋ ਬੰਦ ਆ ਕਦਮ ਦਵਾਈ ਜਾਣਗੇ। ਕਿੰਨੇ ਟੋਟਲ ਤੁਹਾਡੇ ਕਿੰਨੇ ਮੁਲਾਜ਼ਮ? ਸਾਡੇ ਪੰਜਾਬ ਪੂਰੇ ਪੰਜਾਬ ਦੇ 13-14 ਮੁਲਾਜ਼ਮ ਹੈਗਾ। ਹਾਂਜੀ, ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।